ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਖਬਰਾਂ ਦੇ ਬੁਲੇਟਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਬੁਲੇਟਨ ਦੇ ਸਪਾਂਸਰਸ ਨੇ ਰੀਮੈਕਸ ਦੇ ਰੀਅਲਟਰ ਗੁਰ ਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਫੋਨ ਨੰਬਰ 9163209444 ਪੇਸ਼ ਨੇ ਚੋਣਵੀਆਂ ਖਬਰਾਂ ਅਮਰੀਕਾ ਦੇ ਇਸ ਹਿੱਸੇ ਵਿੱਚ ਘਰ ਖਰੀਦਣ ਵਾਲਿਆਂ ਵਿੱਚ ਭਾਰਤੀ ਮੋਰੀ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਬੁਲਾਉਣ ਵਿਚਾਲੇ ਅਮਰੀਕਾ ਦੀ ਸਰਹੱਦੀ ਏਜੰਸੀ ਮੁਖੀ ਨੇ ਦਿੱਤਾ ਅਸਤੀਫਾ ਪੰਜਾਬ ਦੇ ਗਰੀਬ ਮਜ਼ਦੂਰਾਂ ਨੂੰ ਇੱਕ ਹੋਰ ਤੋਹਫ਼ਾ ਦੇਣ ਜਾ ਰਹੀ ਹੈ ਮਾਨ ਸਰਕਾਰ 1800 ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਣ ਕਾਰਨ ਯਾਤਰੀ ਹੋਏ ਖੱਜਲ ਖੁਆਰ ਟਰਾਂਸਪੋਰਟ ਵੱਲੋਂ ਰੂਟ ਦੀ ਜਾਂਚ ਨੂੰ ਲੈ ਕੇ ਪੰਬਸ ਯੂਨੀਅਨ ਮੰਨਣ ਨੂੰ ਤਿਆਰ ਨਹੀਂ ਤੀਜੇ ਦਿਨ ਵੀ ਬੱਸਾਂ ਦਾ ਚੱਕਾ ਜਾਮ ਮਨੀ ਲਾਂਡਰਿੰਗ ਦਾ ਹੱਬ ਬਣਿਆ ਜਲੰਧਰ ਕਈ ਕਾਰੋਬਾਰੀ ਰਾਡਾਰ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਅਮਰੀਕਾ ਵਿੱਚ ਹਰ ਖੇਤਰ ਭਾਰਤੀਆਂ ਦਾ ਦਬਦਬਾ ਮਜ਼ਬੂਤ ਹੁੰਦਾ ਜਾ ਰਿਹਾ ਹੈ ਆਸਟਨ ਬੋਰਡ ਆਫ ਰੀਅਲ ਅਟਰਸ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਕੇਂਦਰੀ ਟੈਕਸਾਸ ਵਿੱਚ ਪਹਿਲੀ ਵਾਰ ਭਾਰਤੀ ਮੂਲ ਦੇ ਲੋਕ ਅੰਤਰਰਾਸ਼ਟਰੀ ਘਰੇਲੂ ਖਰੀਦਦਾਰਾਂ ਵਿੱਚ ਸਭ ਤੋਂ ਵੱਧ ਹਿੱਸੇਦਾਰ ਬਣ ਗਏ ਨੇ 2022 ਕੇਂਦਰੀ ਟੈਕਸਾਸ ਇੰਟਰਨੈਸ਼ਨਲ ਹੋਮ ਬਿਊਅਰਸ ਦੀ ਰਿਪੋਰਟ ਮੁਤਾਬਕ ਭਾਰਤ ਦੇ ਘਰੇਲੂ ਖਰੀਦਦਾਰਾਂ ਵਿੱਚ ਅੰਤਰਰਾਸ਼ਟਰੀ ਘਰੇਲੂ ਖਰੀਦਦਾਰਾਂ ਦਾ ਸਭ ਤੋਂ ਵੱਡਾ ਹਿੱਸਾ 21% ਸ਼ਾਮਿਲ ਹੈ ਜਿਸ ਵਿੱਚ ਮੈਕਸੀਕੋ 10% चीन 6% ਅਤੇ ਕੈਨੇਡਾ 4% ਵਿਦੇਸ਼ੀ ਖਰੀਦਦਾਰਾਂ ਲਈ ਮੂਲ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨੇ ਰਿਪੋਰਟ ਦੇ ਅਨੁਸਾਰ ਸੈਂਟਰਲ ਟੈਕਸਾਸ ਭਾਰਤੀ ਕਰੇਲੂ ਖਰੀਦਦਾਰਾਂ ਲਈ ਨਿਊਯਾਰਕ ਅਤੇ ਸੈਨ ਫ੍ਰਾਂਸਿਸਕੋ ਵਰਗੇ ਮਹਿੰਗੇ ਮੈਟਰੋਪੋਲੀਟਨ ਖੇਤਰਾਂ ਦਾ ਵਿਕਲਪ ਪ੍ਰਦਾਨ ਕਰਦਾ ਹੈ ਗ੍ਰੇਟਰ ਆਸਟਿਨ ਏਸ਼ੀਅਨ ਚੈਂਬਰ ਆਫ ਕਾਮਰਸ ਦੇ ਅਨੁਸਾਰ 2019 ਵਿੱਚ ਗ੍ਰੇਟਰ ਆਸਟਿਨ ਵਿੱਚ 1,65,000 ਏਸ਼ੀਆਈ ਅਮਰੀਕੀ ਵਿਅਕਤੀਆਂ ਵਿੱਚੋਂ 41% ਭਾਰਤੀ ਮੂਲ ਦੇ ਲੋਕ ਸ਼ਾਮਿਲ ਸਨ ਜੋ ਕਿ 2010 ਵਿੱਚ ਆਬਾਦੀ ਦੇ 30% ਤੋਂ ਵੱਧ ਸਨ ਆਸਟਨ ਵਿੱਚ ਦੋ ਦਹਾਕਿਆਂ ਤੋਂ ਰੀਅਲਟਰ ਵਜੋਂ ਕੰਮ ਕਰ ਰਹੇ ਹੇਮ ਰਾਮਚੰਦਰਨ ਨੇ ਐਕਸੀਓਸ ਨੂੰ ਦੱਸਿਆ ਕਿ ਆਸਟਨ ਦੇ ਤਕਨੀਕੀ ਖੇਤਰ ਵਿੱਚ ਵਾਧੇ ਦੇ ਕਾਰਨ ਭਾਰਤੀ ਕਰਾਂ ਦੇ ਖਰੀਦਦਾਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਰਾਮਚੰਦਰਨ ਦੇ ਜ਼ਿਆਦਾਤਰ ਗਾਹਕ ਭਾਰਤੀ ਨੇ ਜੋ ਵਾਸਤੂ ਸ਼ਾਸਤਰ ਦੇ ਅਨੁਸਾਰ ਦੱਖਣ ਜਾਂ ਪੂਰਬ ਵੱਲ ਮੂੰਹ ਵਾਲੇ ਘਰਾਂ ਨੂੰ ਤਰਜੀਹ ਦਿੰਦੇ ਨੇ ਜਿਸ ਦਾ ਆਫੇਂਗ ਸ਼ੂਈ ਦੇ ਭਾਰਤੀ ਸੰਸਕਰਣ ਵਿੱਚੋਂ ਵਰਣਨ ਕਰਦਾ ਹੈ ਭਾਰਤ ਨੇ ਵਿਲੀਅਮਨਸਨ ਕਾਉਂਟੀ ਵਿੱਚ 53% ਖਰੀਦਾਰੀ ਕੀਤੀ ਇਸ ਤੋਂ ਬਾਅਦ ਆਸਟਿਨ ਸ਼ਹਿਰ ਦੇ ਅੰਦਰ ਟ੍ਰੈਵਿਸ ਕਾਉਂਟੀ ਵਿੱਚ 24% ਆਸਟਿਨ ਸ਼ਹਿਰ ਤੋਂ ਬਾਹਰ 18% ਅਤੇ ਹੈਜ਼ ਕਾਉਂਟੀ ਵਿੱਚ 6% ਖਰੀਦਾਰੀ ਕੀਤੀ ਅੰਤਰਰਾਸ਼ਟਰੀ ਕਰੇਲੂ ਖਰੀਦਦਾਰਾਂ ਨੇ ਅਪ੍ਰੈਲ 2021 ਤੋਂ ਮਾਰਚ 2022 ਤੱਕ ਵਾਟ ਡੇ ਆਸਟਨ ਖੇਤਰ ਵਿੱਚ ਜਾਇਦਾਦਾਂ ਤੇ 613 ਮਿਲੀਅਨ ਡਾਲਰ ਖਰਚ ਕੀਤੇ ਜਾਂ ਇਸ ਮਿਆਦ ਦੇ ਦੌਰਾਨ ਰਹਾਇਸ਼ੀ ਵਿਕਰੀ ਕੁੱਲ ਮਲ ਦਾ 3% ਰਿਪੋਰਟਾਂ ਵਿੱਚ ਕਿਹਾ ਗਿਆ ਕਿ ਭਾਰਤ ਤੋਂ ਜ਼ਿਆਦਾਤਰ ਵਿਦੇਸ਼ੀ ਖਰੀਦਦਾਰ ਇੱਕ ਜਾਇਦਾਦ ਖਰੀਦਣ ਲਈ ਯੂਐਸ ਮਾਰਗੇਜ ਫਾਈਨਾਂਸਿੰਗ 82% ਦੀ ਵਰਤੋਂ ਕਰਦੇ ਨੇ ਜਦੋਂ ਕਿ 12% ਖਰੀਦਾਰੀ ਪੂਰੀ ਨਕਦੀ ਹੁੰਦੀ ਹੈ ਇਸ ਤੋਂ ਇਲਾਵਾ ਭਾਰਤੀ ਖਰੀਦਦਾਰ ਵਕ ਵਕ ਸਿੰਗਲ ਫੈਮਿਲੀ ਹੋਮ ਪ੍ਰਾਪਰਟੀ ਕਿਸਮ 94% ਅਤੇ ਰਿਹਾਇਸ਼ੀ ਜ਼ਮੀਨ ਤੇ 6% ਤੇ ਧਿਆਨ ਕੇਂਦ੍ਰਿਤ ਕਰਦੇ ਨੇ ਸੈਂਟਰਲ ਟੈਕਸਾਸ ਖੇਤਰ ਅਪਾਰਟਮੈਂਟਸ ਅਤੇ ਕੰਡੋਸ ਤੋਂ ਲੈ ਕੇ ਸਿੰਗਲ ਫੈਮਿਲੀ ਹੋਮਸ ਤੱਕ ਰਿਹਾਇਸ਼ੀ ਵਿਕਲਪਾਂ ਦੀ ਵਿਪੇਨ ਸ਼੍ਰੇਣੀ ਦੀ ਪੇਸ਼ਕਸ਼ ਕਰਦਾ ਹੈ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਕਿ 59% ਭਾਰਤੀ ਖਰੀਦਦਾਰ ਮੁੱਢਲੀ ਰਿਹਾਇਸ਼ ਖਰੀਦ ਰਹੇ ਨੇ ਅਤੇ 35% ਘਰਾਂ ਦੀ ਵਰਤੋਂ ਕਿਰਾਏ ਤੇ ਜਾਇਦਤ ਵਜੋਂ ਕੀਤੀ ਜਾਂਦੀ ਹੈ ਅੰਤਰਰਾਸ਼ਟਰੀ ਕਰੇਲੋ ਖਰੀਦਾਰਾਂ ਵਿੱਚ ਗੈਰ ਯੂ ਐਸ ਨਾਗਰਿਕ ਸ਼ਾਮਿਲ ਨੇ ਜੋ ਇੱਥੇ ਗ੍ਰੀਨ ਕਾਰਡ ਤੇ ਹਨ ਅਤੇ ਇੱਥੇ ਵਿਦੇਸ਼ੀ ਕੰਮ ਜਾਂ ਵਿਦਿਆਰਥੀ ਵੀਜ਼ਾ ਤੇ ਹਨ ਰਿਪੋਰਟ ਵਿੱਚ ਕਿਹਾ ਗਿਆ ਕਿ ਅੱਧੇ ਤੋਂ ਵੱਧ ਵਿਦੇਸ਼ੀ ਖਰੀਦਾਰਾਂ ਕੋਲ ਅਮਰੀਕੀ ਗ੍ਰੀਨ ਕਾਰਡ ਹੈ ਜੋ ਇਸ ਸੰਕੇਤ ਦਿੰਦਾ ਹੈ ਕਿ ਉਹ ਕਾਨੂੰਨੀ ਸਥਾਈ ਨਿਵਾਸੀ ਹਨ ਮੈਕਸੀਕੋ ਤੋਂ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦੇ ਦੇਸ਼ ਵਿੱਚ ਦਾਖਲੇ ਵਿਚਾਲੇ ਅਮਰੀਕੀ ਸਰਹੱਦੀ ਟੈਕਸ ਤੇ ਸਰਹੱਦ ਸੁਰੱਖਿਆ ਦੇ ਮੁਖੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕ੍ਰਿਸ ਮੈਗਨਸ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਜੋ ਬਾਈਡਨ ਨੂੰ ਆਪਣਾ ਅਸਤੀਫਾ ਸੌਂਪਦਿਆਂ ਕਿਹਾ ਕਿ ਪ੍ਰਸ਼ਾਸਨ ਦਾ ਹਿੱਸਾ ਬਣਨਾ ਉਹਨਾਂ ਲਈ ਇੱਕ ਵਿਸ਼ੇਸ਼ ਅਧਿਕਾਰ ਤੇ ਸਨਮਾਨ ਸੀ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕ੍ਰਾਇਨ ਜੀਐਨਪੀਆਰੇ ਨੇ ਕਿਹਾ ਕਿ ਬਾਈਡਨ ਨੇ ਮੈਕਸਨ ਦਾ ਅਸਤੀਫਾ ਕਬੂਲ ਕਰ ਲਿਆ ਉਹਨਾਂ ਕਿਹਾ ਰਾਸ਼ਟਰਪਤੀ ਬਾਈਡਨ ਨੇ ਕਮਿਸ਼ਨਰ ਮੈਗਨਸ ਦੇ ਲਗਭਗ 40 ਸਾਲਾਂ ਦੀ ਸੇਵਾ ਤੇ ਅਮਰੀਕੀ ਤੇ ਤਿੰਨ ਸ਼ਹਿਰਾਂ ਚ ਪੁਲਿਸ ਮੁਖੀ ਦੇ ਰੂਪ ਦੇ ਵਿੱਚ ਉਹਨਾਂ ਦੇ ਕਾਰਜਕਾਲ ਦੌਰਾਨ ਪੁਲਿਸ ਸੁਧਾਰ ਵਿੱਚ ਉਹਨਾਂ ਦੇ ਯੋਗਦਾਨ ਦੀ ਸਰਹਾਨਾ ਕੀਤੀ ਹੈ 23 ਦਸੰਬਰ ਨੂੰ ਖਤਮ ਹੋਏ ਵਿੱਤੀ ਸਾਲ ਵਿੱਚ ਮੈਕਸੀਕੋ ਦੀ ਸਰਹੱਦ ਤੇ ਪ੍ਰਵਾਸੀਆਂ ਨੂੰ 23.8 ਲੱਖ ਵਾਰ ਰੋਕਿਆ ਗਿਆ ਜੋ ਕਿ 1 ਸਾਲ ਪਹਿਲਾਂ ਦੀ ਤੁਲਨਾ ਵਿੱਚ 37% ਜ਼ਿਆਦਾ ਹੈ 1 ਗੰਨੇਤੇ ਅਗਸਟ ਵਿੱਚ ਪਹਿਲੀ ਵਾਰ ਸਾਲਾਨਾ ਕੁੱਲ 20 ਲੱਖ ਨੂੰ ਪਾਰ ਕਰ ਗਈ ਤੇ 2019 ਵਿੱਚ ਡੋਨਾਲਡ 트੍ਰੰਪ ਦੇ ਰਾਸ਼ਟਰਪਤੀ ਅਹੁਦੇ ਦੌਰਾਨ ਦੇ ਸਰਵੋੱਚ ਪੱਧਰ ਤੋਂ ਦੁੱਗਣੇ ਤੇ ਵਧਦਾ ਹੈ ਲਾਸ ਐਂਜਲਸ ਟਾਈਮਜ਼ ਨੇ ਸਭ ਤੋਂ ਪਹਿਲਾਂ ਅਲਟੀਮੇਟਮ ਤੇ ਖਬਰ ਦਿੱਤੀ ਸੀ ਅਖਬਾਰ ਨੇ ਦਿੱਤੇ ਇੱਕ ਬਿਆਨ ਵਿੱਚ ਮੈਗਨਸ ਨੇ ਕਿਹਾ ਕਿ ਉਹਨਾਂ ਨੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਰੂਪ ਨਾਲ ਮਦਦ ਕਰਨ ਲਈ ਯੂਰਪ ਲਈ ਇੱਕ ਸਮਝੌਤੇ ਤੇ ਵਿਵਾਦ ਨੂੰ ਲੈ ਕੇ ਸਾਂਝਾ ਬਿਆਨ ਜਾਰੀ ਕੀਤਾ ਹੈ ਸ਼ਨੀਵਾਰ ਨੂੰ ਆਪਣੇ ਬਿਆਨ ਵਿੱਚ ਇਟਲੀ ਯੂਨਾਨ ਮਾਲਤਾ ਤੇ ਸਾਈਪਰਸ ਨੇ ਆਪਣਾ ਰੁਖ ਦੁਹਰਾਇਆ ਕਿ ਉਹ ਇਸ ਧਾਰਨਾ ਨੂੰ ਨਹੀਂ ਮੰਨ ਸਕਦੇ ਨੇ ਕਿ ਪ੍ਰਵਾਸੀਆਂ ਦੇ ਦਾਖਲੇ ਦੇ ਲਿਹਾਜ਼ ਨਾਲ ਪਹਿਲਾ ਪ੍ਰਵੇਸ਼ ਦੁਆਰ ਮੰਨੇ ਜਾਣ ਵਾਲੇ ਦੇਸ਼ ਗੈਰਕਾਨੂੰਨੀ ਪ੍ਰਵਾਸੀਆਂ ਲਈ ਇੱਕ ਕੋਈ ਸੰਭਾਵਿਤ ਯੂਰਪੀ ਸਥਾਨ ਹੈ ਉਨ੍ਹਾਂ ਕਿਹਾ ਕਿ ਯੂਰਪੀ ਸੰਘ ਦੇ ਹੋਰ ਮੈਂਬਰ ਦੇਸ਼ਾਂ ਵੱਲੋਂ ਲਏ ਗਏ ਪ੍ਰਵਾਸੀਆਂ ਦੀ ਗਿਣਤੀ ਪ੍ਰਵਾਸੀਆਂ ਦੇ ਅਨਿਯਮਿਤ ਆਗਮਨ ਦੀ ਅਸਲ ਗਿਣਤੀ ਦਾ ਸਿਰਫ ਇੱਕ ਬਹੁਤ ਛੋਟਾ ਹਿੱਸਾ ਦਰਸਾਉਂਦੀ ਹੈ। ਇਨ੍ਹਾਂ ਚਾਰ ਦੇਸ਼ਾਂ ਨੇ ਸਮੁੰਦਰ ਵਿੱਚ ਬਚਾਏ ਗਏ ਸੈਂਕੜੇ ਪ੍ਰਵਾਸੀਆਂ ਦੀ ਰੱਖਿਆ ਲਈ ਨਿੱਜੀ ਪ੍ਰੋਪਕਾਰੀ ਜਹਾਜ਼ਾਂ ਦਾ ਸੰਚਾਲਨ ਦੀ ਨਿੰਦਿਆ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਰੀਬ ਮਜ਼ਦੂਰਾਂ ਨੂੰ ਜਲਦੀ ਹੀ ਵੱਡਾ ਤੋਹਫ਼ਾ ਦਿੱਤਾ ਜਾ ਸਕਦਾ ਹੈ। पंजाब सरकार जल्द ही महात्मा गांधी राष्ट्रीय ग्रामीण रोज़गार गारंटी योजना मनरेगा तहत रजिस्टर्ड मजदूरों लंबे समय तो उड़ीक के जा रहे बेरोज़गारी पत्ते नियमों बारे नोटिफिकेशन जारी कर सकती है इस तहत गरीब मजदूर जल्द ही बेरोजगारी पत्ता मिल सकता है ਜੁਆਇੰਟ ਡਾਇਰੈਕਟਰ ਪਿੰਦੂ ਵਿਕਾਸ ਸੰਜੀਵ ਗਰਵ ਨੇ ਦੱਸਿਆ ਕਿ ਸੂਬੇ ਦੇ ਵਿੱਤ ਵਿਭਾਗ ਨੇ ਬੇਰੋਜ਼ਗਾਰੀ ਪੱਤੇ ਲਈ ਨਿਯਮਾਂ ਨੂੰ ਨੋਟੀਫਾਈ ਕਰਨ ਲਈ ਬਜਟ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇੱਕ ਜਾਂ ਦੋ ਹਫ਼ਤਿਆਂ ਅੰਦਰ ਨਿਯਮਾਂ ਨੂੰ ਨੋਟੀਫਾਈ ਕਰ ਦਿੱਤਾ ਜਾਵੇਗਾ ਉਨਾਂ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਕਾਂਗਰਸ ਅਤੇ ਅਕਾਲੀ ਦਲ ਦੀ ਸਰਕਾਰ ਨੇ ਪੱਤਾ ਦੇਣ ਤੇ ਕੋਈ ਵਿਚਾਰ ਨਹੀਂ ਕੀਤਾ ਹੁਣ ਇਸ ਤੇ ਮਾਨ ਸਰਕਾਰ ਵਿਚਾਰ ਕਰਨ ਜਾ ਰਹੀ ਹੈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਨੇ ਮਜ਼ਦੂਰ ਵਰਗ ਦੀ ਕਟੋ-ਕਟ ਆਮਦਨ ਵਿੱਚ ਵਾਧਾ ਕੀਤਾ ਸੀ ਪੰਜਾਬ ਰੋਡਵੇਜ਼ ਦੇ ਬਟਾਲਾ ਡਿਪੂ ਦੇ ਕੰਡਕਟਰ ਨੂੰ ਸਸਪੈਂਡ ਕਰਨ ਫਿਰੋਜ਼ਪੁਰ ਵਿੱਚ ਇਕੱਠੇ ਹੋਏ 15 ਤਬਾਦਲੇ ਖਿਲਾਫ ਪੰਦ ਬਸ ਪੀ ਆਰ ਟੀ ਸੀ ਠੇਕਾ ਕਰਮਚਾਰੀ ਯੂਨੀਅਨ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਦੇ ਦੂਜੇ ਦਿਨ ਅੱਜ ਬਸ ਅੱਡਾ ਬੰਦ ਕਰਕੇ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤਾ ਗਿਆ ਇਸ ਤਹਿਤ ਪੰਜਾਬ ਰੋਡਵੇਜ਼ ਪੰਦ ਬਸ ਨਾਲ ਸੰਬੰਧਤ 1800 ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੁੰਦੇ ਹੀ ਯਾਤਰੀਆਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਪਰੇਸ਼ਾਨੀ ਐਤਵਾਰ ਨੂੰ ਹੋਰ ਵੀ ਵੱਧ ਗਈ ਕਿਉਂਕਿ ਪੀ ਆਰਟੀਸੀ ਯੂਨੀਅਨ ਨੇ ਹੜਤਾਲ ਨੂੰ ਸਮਰਥਨ ਦਿੰਦਿਆਂ ਸ਼ਨੀਵਾਰ ਰਾਤ ਤੋਂ ਬੱਸਾਂ ਦੀ ਆਵਾਜਾਈ ਠੱਪ ਕਰ ਦਿੱਤੀ ਯੂਨੀਅਨ ਵੱਲੋਂ ਸ਼ਨੀਵਾਰ ਸਵੇਰੇ 10 ਵਜੇ ਦੇ ਲਗਭਗ ਬੱਸ ਅੱਡੇ ਦਾ ਐਂਟਰੀ ਗੇਟ ਬੰਦ ਕਰਕੇ ਪ੍ਰਾਈਵੇਟ ਬੱਸਾਂ ਨੂੰ ਅੱਡੇ ਦੇ ਅੰਦਰ ਆਉਣ ਤੋਂ ਰੋਕ ਦਿੱਤਾ ਇਸ ਕਾਰਨ ਯਾਤਰੀਆਂ ਦੀ ਪਰੇਸ਼ਾਨੀ ਵੱਧ ਗਈ ਪ੍ਰਦਰਸ਼ਨ ਕਾਰਨ ਭਾਰੀ ਪੁਲਿਸ ਫੋਰਸ ਬੱਸ ਅੱਡੇ ਵਿੱਚ ਤਾਇਨਾਤ ਕੀਤੀ ਗਈ ਸਰਕਾਰ ਦੇ ਤੱਕੇਸ਼ਾਈ ਖਿਲਾਫ ਇਕੱਠੇ ਹੋਏ ਯੂਨੀਅਨ ਦੇ ਸੈਂਕੜੇ ਕਰਮਚਾਰੀਆਂ ਨੇ ਬਸ ਅੱਡੇ ਅੰਦਰ ਰੋਸ ਮਾਰਚ ਕੱਢਿਆ ਅਤੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਯੂਨੀਅਨ ਦੇ ਸੁਭਾਈ ਕਾਰਜਕਰਮੀ ਮੈਂਬਰ ਦਲਜੀਤ ਸਿੰਘ ਜੱਲੇਵਾਲ ਅਤੇ ਡਿੱਪੂ 2 ਦੇ ਪ੍ਰਧਾਨ ਸਤਪਾਲ ਸਿੰਘ ਸੱਤਾ ਨੇ ਕਿਹਾ ਕਿ ਸਰਕਾਰ ਤੱਕੇਸ਼ਾਈ ਤੇ ਉਤਾਰੂ ਹੋ ਚੁੱਕੀ ਹੈ ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਵੇਰ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪ੍ਰਦਰਸ਼ਨ ਨੂੰ ਤੇਜ਼ ਕਰਦੇ ਹਾਂ ਮੰਤਰੀਆਂ ਦਾ ਕਿਰਾਉ ਕੀਤਾ ਜਾਵੇਗਾ ਅਤੇ ਰੋਸ ਰੈਲੀਆਂ ਕੱਡੀਆਂ ਜਾਣਗੀਆਂ ਅਧਿਕਾਰੀਆਂ ਵੱਲੋਂ ਯੂਨੀਅਨ ਨੂੰ ਮਨਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੁਪਹਿਰ 12 ਵਜੇ ਤੋਂ ਬਾਅਦ ਯੂਨੀਅਨ ਨੇ ਬੱਸ ਅੱਡਾ ਖੋਲ ਦਿੱਤਾ ਪਰ ਪੰਬਸ ਨਾਲ ਸੰਬੰਧਿਤ ਬੱਸਾਂ ਦੀ ਆਵਾਜਾਈ ਸ਼ੁਰੂ ਨਹੀਂ ਹੋ ਸકી ਦੂਜੇ ਸੂਬਿਆਂ ਅਤੇ ਪ੍ਰਾਈਵੇਟ ਬੱਸਾਂ ਦੀ ਉਡੀਕ ਵਿੱਚ ਕਾਊਂਟਰਾਂ ਤੇ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪਈ ਇੰਟਰ ਸਟੇਟ ਬੱਸਾਂ ਨੂੰ ਲੈ ਕੇ ਸਭ ਤੋਂ ਵੱਧ ਦਿੱਕਤ ਪੇਸ਼ ਆ ਰਹੀ ਹੈ ਕਿਉਂਕਿ ਵਦੇਰੇ ਪ੍ਰਾਈਵੇਟ ਆਪਰੇਟਰਾਂ ਕੋਲ ਦੂਜੇ ਸੂਬਿਆਂ ਲਈ ਪਰਮਿਟ ਨਹੀਂ ਹੁੰਦੇ ਅਤੇ ਸਰਕਾਰੀ ਬੱਸਾਂ ਇੰਟਰ ਸਟੇਟ ਸੇਵਾ ਮੁਹੱਈਆ ਕਰਵਾਉਂਦੀਆਂ ਨੇ ਅਧਿਕਾਰੀਆਂ ਨੇ ਕਿਹਾ ਕਿ ਠੇਕਾ ਕਰਮਚਾਰੀਆਂ ਦੀ ਇਸ ਹੜਤਾਲ ਵਿੱਚ ਪੱਕੇ ਕਰਮਚਾਰੀਆਂ ਵੱਲੋਂ ਬੱਸਾਂ ਚਲਾਈਆਂ ਜਾ ਰਹੀਆਂ ਨੇ ਯੂਨੀਅਨ ਦਾ ਕਹਿਣਾ ਹੈ ਕਿ ਰੋਡਵੇਜ਼ ਦੇ ਡਿੱਪੂ ਵਿੱਚ 2-3 ਤੋਂ ਵੱਧ ਪੱਕੇ ਡਰਾਈਵਰ ਮੁਹੱਈਆ ਨਹੀਂ ਹਨ ਇਸ ਕਾਰਨ ਪੰਜਾਬ ਵਿੱਚ ਰੋਡਵੇਜ਼ ਦੀਆਂ 50 ਬੱਸਾਂ ਵੀ ਚੱਲ ਨਹੀਂ ਸਕੀਆਂ ਹੜਤਾਲ ਤੇ ਬੈਠੇ ਕਰਮਚਾਰੀਆਂ ਵੱਲੋਂ ਡਿਪੂਆਂ ਵਿੱਚ ਰਾਤ ਦਾ ਪੈਰਾ ਸ਼ੁਰੂ ਕਰ ਦਿੱਤਾ ਗਿਆ ਤਾਂ ਕਿ ਵਿਪਾਗ ਨਵੇਂ ਭਰਤੀ ਕੀਤੇ ਜਾ ਰਹੇ ਕਰਮਚਾਰੀਆਂ ਕੋਲੋਂ ਬੱਸਾਂ ਚਲਵਾਉਣ ਦੀ ਕੋਸ਼ਿਸ਼ ਨਾ ਕਰ ਸਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਹੜਤਾਲ ਚੱਲੇਗੀ ਉਦੋਂ ਤੱਕ ਕਰਮਚਾਰੀ ਤਿੰਨ ਸ਼ਿਫਟਾਂ ਵਿੱਚ ਡਿਪੂਆਂ ਵਿਖੇ ਪੈਰਾ ਦੇਣਗੇ ਹੜਤਾਲ ਕਾਰਨ ਉੱਤਰਾਖੰਡ ਹਿਮਾਚਲ ਅਤੇ ਹਰਦੁਆਰ ਦਾ ਰੂਟ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ ਇਨ੍ਹਾਂ ਸੂਬਿਆਂ ਵਿੱਚ ਜਾਣ ਵਾਲੇ ਯਾਤਰੀਆਂ ਕੰਟੀਆਂ ਵੱੰਦੀ ਕਾਊਂਟਰਾਂ ਤੇ ਉਡੀਕ ਕਰਨ ਤੋਂ ਬਾਅਦ ਵਾਪਸ ਮੁੜਦੇ ਦੇਖੇ ਗਏ ਹਿਮਾਚਲ ਲਈ ਸਵੇਰੇ ਤੜਕਸਾਤ ਪੰਜ ਬਸਦੀਆਂ ਬੱਸਾਂ ਚੱਲ ਪੈਂਦੀਆਂ ਨੇ ਜਦੋਂ ਕਿ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਦੀ ਆਵਾਜਾਈ ਦੁਪਹਿਰ ਸਮੇਂ ਸ਼ੁਰੂ ਹੁੰਦੀ ਹੈ ਇਸ ਕਾਰਨ ਹਿਮਾਚਲ ਜਾਣ ਵਾਲੇ ਯਾਤਰੀਆਂ ਨੂੰ ਦੁਪਹਿਰ ਤੱਕ ਬੱਸਾਂ ਦੀ ਉਡੀਕ ਕਰਨੀ ਪਈ ਦੂਜੇ ਪਾਸੇ ਦਿੱਲੀ ਰੂਟ ਤੇ ਸਵੇਰੇ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੀ ਉਡੀਕ ਕਰਨੀ ਪਈ ਪੰਜਾਬ ਰੋਡਵੇਜ਼ ਪੰਨ ਬੱਸ ਕੰਡਕਟਰ ਵਰਕਰ ਯੂਨੀਅਨ ਵੱਲੋਂ ਆਪਣੇ ਸਾਥੀ ਕੰਡਕਟਰ ਦੀ ਗੈਰ ਕਾਨੂੰਨੀ ਰਿਪੋਰਟ ਦੇ ਚਲਦਿਆਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ ਜਿਸ ਕਾਰਨ ਅਜੇ ਤੀਜੇ ਦਿਨ ਵੀ ਪੰਨ ਬੱਸ ਮੁਲਾਜ਼ਮਾਂ ਨੇ ਬੱਸਾਂ ਦਾ ਸਟੀering ਨਾ ਰੋਕ ਕੇ ਟ੍ਰਾਂਸਪੋਰਟ ਮੰਤਰੀ ਦਾ ਘਰਾਓ ਕੀਤਾ ਜਲੰਧਰ ਅਤੇ ਖਰੜ ਵਿੱਚ ਯੂਨੀਅਨ ਰੋਸ ਪ੍ਰਦਰਸ਼ਨ ਲਈ ਉਤਰੀ ਹੋਈ ਹੈ ਉਸ ਦੇ ਹਮਾਇਤ ਵਿੱਚ ਪੀਆਰਟੀਸੀ ਯੂਨੀਅਨ ਨੇ ਵੀ ਬੱਸਾਂ ਦੇ ਪਹੀਏ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਦੱਸ ਦਈਏ ਕਿ ਇਹ ਸਾਰਾ ਮਾਮਲਾ ਬਟਾਲਾ ਡਿਪੋ ਦੇ ਕੰਡਕਟਰ ਦੀ ਨਾਜਾਇਜ਼ ਰਿਪੋਰਟ ਦੇ ਚਲਦਿਆਂ ਵੱਧ ਗਿਆ ਹੈ ਇਸ ਕਾਰਨ ਸਵਾਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਰਕਾਰੀ ਬਸਾਂ ਦੇ ਬੰਦ ਹੋਣ ਕਾਰਨ ਖਾਸ ਕਰਕੇ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਡਾਇਰੈਕਟਰ ਟ੍ਰਾਂਸਪੋਰਟ ਪੰਜਾਬ ਅਮਨਦੀਪ ਕੌਰ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਾਰਜਕਾਰੀ ਡਾਇਰੈਕਟਰ ਆਪਰੇਸ਼ਨ ਪੁਰੀਤ ਮਿੰਹਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਪਹਿਲਾਂ ਹੀ ਚੱਲ ਰਹੀ ਆਫ ਰੂਟ ਜਾਂਚ ਨੂੰ ਔਨ ਰੂਟ ਵਿੱਚ ਤਬਦੀਲ ਕਰ ਦਿੱਤਾ ਪਰ ਯੂਨੀਅਨ ਇਸ ਫੈਸਲੇ ਲਈ ਬਿਲਕੁਲ ਵੀ ਤਿਆਰ ਨਹੀਂ ਹੈ ਕਿਉਂਕਿ ਉਹ ਰਿਪੋਰਟ ਰੱਦ ਕਰਵਾਉਣ ਤੇ ਅੜੇ ਹੋਏ ਨੇ ਜਦੋਂ ਤੱਕ ਰਿਪੋਰਟ ਰੱਦ ਕਰਕੇ ਕੰਡਕਟਰ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਬੱਸਾਂ ਦਾ ਚੱਕਾ ਜਾਮ ਰਹੇਗਾ ਅਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ ਬੱਸਾਂ ਦੀ ਰੋਕ ਕਾਰਨ ਰੋਡਵੇਜ਼ ਵਿਭਾਗ ਦੇ ਮਾਲੀਏ ਵਿੱਚ ਵੀ ਕਾਫੀ ਕਮੀ ਆਈ ਹੈ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਸ਼ਨੀਵਾਰ ਨੂੰ ਪੋਲਿੰਗ ਹੋ ਗਈ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਸਰਗਰਮੀਆਂ ਜ਼ੋਰਾਂ ਤੇ ਨੇ ਚੋਣ ਕੋਈ ਵੀ ਹੋਵੇ ਹਰ ਚੋਣ ਵਿੱਚ ਪੈਸੇ ਅਤੇ ਜ਼ੋਰ ਦੀ ਵਰਤੋਂ ਹੁੰਦੀ ਆਈ ਹੈ ਅਤੇ ਗੁਜਰਾਤ ਦੀਆਂ ਚੋਣਾਂ ਵੀ ਇਸ ਤੋਂ ਅਛੂਤੀਆਂ ਨਹੀਂ ਹਨ ਖੁਦ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਗਵੀ ਨੇ ਟਵੀਟ ਇਸ ਗੱਲ ਦਾ ਖੁਲਾਸਾ ਕਰਤਾ ਹੈ ਕਿ ਚੋਣਾਂ ਵਿੱਚ ਪੈਸੇ ਦੀ ਖੁੱਲੀ ਵਰਤੋਂ ਹੋ ਰਹੀ ਹੈ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਦਿੱਲੀ ਅਤੇ ਪੰਜਾਬ ਸਮੇਤ ਹੋਰ ਥਾਵਾਂ ਤੋਂ ਹਵਾਲਾ ਜ਼ਰੀਆ ਪੈਸਾ ਗੁਜਰਾਤ ਪਹੁੰਚ ਰਿਹਾ ਹੈ ਗ੍ਰਹਿ ਮੰਤਰੀ ਸਾਂਗਵੀ ਨੇ ਇਹ ਟਵੀਟ ਗੁਜਰਾਤ ਦੇ 바ਰਡੋਲੀ ਅਹਮਦਾਬਾਦ ਅਤੇ ਹੋਰ ਥਾਵਾਂ ਤੇ ਚੁਣਾਵੀ ਪੈਸੇ ਦੀ ਬਰਾਮਦਗੀ ਤੋਂ ਬਾਅਦ ਕੀਤਾ ਗ੍ਰਹਿ ਮੰਤਰੀ ਸਾਂਗਵੀ ਦੇ ਟਵੀਟ ਤੋਂ ਬਾਅਦ ਕੇਂਦਰੀ ਜਾਂਚ ਏਜੰਸੀਆਂ ਸਰਗਰਮ ਹੋ ਗਈਆਂ ਨੇ ਅਤੇ ਮਨੀ ਲਾਂਡਰਿੰਗ ਦੀਆਂ ਕੜੀਆਂ ਨੂੰ ਜੋੜਨ ਵਿੱਚ ਲੱਗੀਆਂ ਹੋਈਆਂ ਨੇ ਉੱਥੇ ਹੀ ਸਾਂਗਵੀ ਦੇ ਟਵੀਟ ਵਿੱਚ ਪੰਜਾਬ ਦਾ ਨਾਂ ਆਉਣ ਤੋਂ ਬਾਅਦ ਜਾਂਚ ਏਜੰਸੀਆਂ ਨੇ ਪੰਜਾਬ ਦਾ ਦੁੱਖ ਕੀਤਾ ਏਜੰਸੀਆਂ ਦੇ ਸੂਤਰਾਂ ਮੁਤਾਬਕ ਜਲੰਧਰ ਮਨੀ ਲਾਂਡਰਿੰਗ ਦਾ ਹੱਬ ਬਣਿਆ ਹੋਇਆ ਹੈ ਉੱਥੇ ਹੀ ਏਜੰਸੀਆਂ ਮੁਤਾਬਕ ਜਲੰਧਰ ਵਿੱਚ ਵੱਡੇ ਪੱਧਰ ਤੇ ਬੁੱਕ 2 ਨੰਬਰ ਦੀ ਲਾਟਰੀ ਲੱਗ ਰਹੀ ਹੈ ਅਤੇ ਇਸ ਕਾਰੋਬਾਰ ਵਿੱਚ ਨਾਮੀ ਲੋਕ ਸ਼ਾਮਿਲ ਨੇ ਆਉਣ ਵਾਲੇ ਦਿਨਾਂ ਵਿੱਚ ਏਜੰਸੀਆਂ ਵੱਲੋਂ ਵੱਡੇ ਪੱਧਰ ਤੇ ਰੇਡ ਕੀਤੇ ਜਾਣ ਦੀ ਸੰਭਾਵਨਾ ਹੈ ਮਨੀ ਲਾਂਡਰਿੰਗ ਵਿੱਚ ਪੰਜਾਬ ਦਾ ਨਾਂ ਆਉਣ ਤੋਂ ਬਾਅਦ ਜਲੰਧਰ ਵਿੱਚ ਰੀਅਲ ਏਸਟੇਟ ਨਾਲ ਜੁੜੇ ਕਈ ਕਾਰੋਬਾਰੀਆਂ ਅਤੇ ਬੁੱਕੀ ਲੌਬੀ ਵਿੱਚ ਹੜਕੰਪ ਮਚਿਆ ਹੋਇਆ ਹੈ ਅਤੇ ਪਿਛਲੇ ਕਈ ਦਿਨਾਂ ਵਿੱਚ ਬੁੱਕੀ ਲੌਬੀ ਨਾਲ ਜੁੜੇ ਰੀਅਲ ਏਸਟੇਟ ਕਾਰੋਬਾਰੀ ਬੁੱਕੀ ਅਤੇ ਪੰਟਰ ਅੰਡਰਗਰਾਊਂਡ ਹੋ ਗਏ ਬੀਤੇ ਸਾਲ ਪੁਲਿਸ ਵੱਲੋਂ ਕੀਤੀ ਗਈ ਵੱਡੇ ਪੱਧਰ ਤੇ ਕਾਰਵਾਈ ਤੋਂ ਬਾਅਦ ਸ਼ਹਿਰ ਵਿੱਚ 2 ਨੰਬਰ ਦੀ ਲੋਟਰੀ ਦਾ ਖੁਲੇਆਮ ਚੱਲ ਰਿਹਾ ਤੰਦਾ ਕੁਝ ਦਿਨ ਲਈ ਬੰਦ ਹੋ ਗਿਆ ਸੀ ਅਤੇ ਇਸ ਤੰਦੇ ਨਾਲ ਜੁੜੇ ਲੋਕ ਲਿੰਕਸ ਜ਼ਰੀਏ ਆਪਣੇ ਘਰਾਂ ਅਤੇ ਸੰਸਥਾਵਾਂ ਤੋਂ ਸੋਸ਼ਲ ਮੀਡੀਆ ਤੇ ਕੋਡਿੰਗ ਦੇ ਹਿਸਾਬ ਨਾਲ ਤੰਦਾ ਕਰਨ ਲੱਗ ਪਏ ਸਨ ਕੁਝ ਮਹੀਨੇ ਪਹਿਲਾਂ ਪ੍ਰਭਾਵਸ਼ਾਲੀ ਲੋਕਾਂ ਦੀ ਸ਼ਹਿ ਤੇ 2 ਨੰਬਰ ਦੀ ਲੋਟਰੀ ਦਾ ਤੰਦਾ ਕਰਨ ਵਾਲਿਆਂ ਨੇ ਦੁਬਾਰਾ ਆਪਣਾ ਨੈਟਵਰਕ ਤੇਜ਼ ਕਰ ਦਿੱਤਾ ਇਸ ਖੇਡ ਵਿੱਚ ਪੁਲਿਸ ਦੇ ਰਾਡਾਰ ਤੇ ਆਏ ਪੁਰਾਣੇ ਖਿਡਾਰੀਆਂ ਨੂੰ ਖਤਮ ਕਰਕੇ ਨਵੇਂ ਖੜੇ ਕੀਤੇ ਜਾਣ ਲੱਗੇ ਸਨ ਅਤੇ ਸਿੱਧੇ ਤੌਰ ਤੇ ਕਮਿਸ਼ਨ ਫਿਕਸ ਹੋ ਗਈ ਸੀ ਕਿ ਜੇਕਰ ਕੋਈ ਵੀ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰੇ ਤਾਂ ਸਿੱਧਾ ਉਹਨਾਂ ਕੋਲ ਭੇਜ ਦੇਣਾ ਕੁਝ ਮਹੀਨੇ ਤੱਕ ਇਹ ਖੇਡ ਖੁੱਲ ਕੇ ਚੱਲੀ ਪਰ ਜਦੋਂ ਕਮਿਸ਼ਨ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਲੱਗੀਆਂ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਤੰਦੇ ਨੂੰ ਦੁਬਾਰਾ ਬੰਦ ਕਰਵਾਇਆ ਫਿਰ ਵੀ ਬੁੱਕ ਜ਼ਰੀਏ ਇਹ ਤੰਦਾ ਬਦਸਤੂਰ ਜਾਰੀ ਹੈ ਬੁੱਕ ਲਾਉਣ ਦੇ ਕਾਰੋਬਾਰ ਵਿੱਚ ਸ਼ਹਿਰ ਦੇ ਸੈਂਕੜੇ ਲੋਕ ਜੁੜੇ ਹੋਏ ਨੇ ਅਤੇ ਇਹਨਾਂ ਦੇ ਆਕਾ ਇੱਕ ਇੱਕ ਬੁੱਕੀ ਤੋਂ ਦੇਲੀ ਦੇ ਹਿਸਾਬ ਨਾਲ ਕਮਿਸ਼ਨ ਲੈਂਦੇ ਨੇ ਰਿਕਸ਼ੇ ਵਾਲੇ ਤੋਂ ਲੈ ਕੇ ਕਈ ਠੇਕੇਦਾਰ ਤੱਕ ਇਸ ਕਾਰੋਬਾਰ ਵਿੱਚ ਸ਼ਾਮਿਲ ਨੇ ਸ਼ਹਿਰ ਵਿੱਚ ਕੁਝ ਚਿਹਰੇ ਅਜੇਹੇ ਵੀ ਨੇ ਜਿਨ੍ਹਾਂ ਦੀ 2-200 ਦੇ ਲਗਭਗ 2 ਨੰਬਰ ਦੀ ਲੋਟਰੀ ਦੀਆਂ ਦੁਕਾਨਾਂ ਸ਼ਰਿਆਮ ਸ਼ਹਿਰ ਵਿੱਚ ਚੱਲ ਰਹੀਆਂ ਸਨ ਅਤੇ ਬੀਤੇ ਸਾਲ ਡੀਜੀਪੀ ਪੰਜਾਬ ਕੋਲ ਪਹੁੰਚੀ ਹੈ ਸ਼ਿਕਾਇਤਾਂ ਤੋਂ ਬਾਅਦ ਸ਼ਹਿਰ ਵਿੱਚ ਵੱਡੇ ਪੱਧਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦਰਜਨ ਦੁਕਾਨਾਂ ਬੰਦ ਕਰਵਾਉਂਦੇ ਹੋਏ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਏਜੰਸੀ ਦੇ ਸੂਤਰਾਂ ਮੁਤਾਬਕ ਗੁਜਰਾਤ ਵਿੱਚ منی ਲਾਂਡਰਿੰਗ ਦੀਆਂ ਖਬਰਾਂ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ED ਸਰਗਰਮ ਹੋ ਗਈ ਹੈ 2 ਨੰਬਰ ਦੀ ਲੋਟਰੀ ਅਤੇ ਬੁਕੀਆਂ ਦੀਆਂ ਲਿਸਟਾਂ ਤਿਆਰ ਹੋ ਰਹੀਆਂ ਨੇ ਅਤੇ ਇਹਨਾਂ ਸਭ ਦਾ منی ਲਾਂਡਰਿੰਗ ਨਾਲ ਕਨੈਕਸ਼ਨ ਲੱਭਿਆ ਜਾ ਰਿਹਾ ਹੈ ਏਜੰਸੀ ਦੇ ਸੂਤਰਾਂ ਮੁਤਾਬਕ ਏਜੰਸੀ ਦੇ ਹੱਥ ਕੁਝ ਅਜਿਹੇ ਦਸਤਾਵੇਜ਼ ਲੱਗੇ ਨੇ ਜਿਨ੍ਹਾਂ ਦਾ ਸਿੱਧਾ ਸਬੰਧ منی ਲਾਂਡਰਿੰਗ ਅਤੇ ਰੀਅਲ ਏਸਟੇਟ ਨਾਲ ਜੁੜੇ ਕਾਰੋਬਾਰੀਆਂ ਨਾਲ ਹੈ ਅਤੇ ਜਲਦ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਹੈ ਪੰਜਾਬ ਵਿੱਚ ਹੋਏ ਤੇਤੇ ਉੱਚ ਪੁਲਿਸ ਕਰਮਚਾਰੀਆਂ ਦੇ ਤਬਾਦਲਿਆਂ ਵਿੱਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਤਬਾਦਲਿਆਂ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਫ੍ਰੀ ਹੈਂਡ ਦਿੱਤਾ ਤਾਂ ਜੋ ਉਹ ਤੇਜ਼ ਤਰਾਰ ਪੁਲਿਸ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਦੇ ਸਕਣ ਮੁੱਖ ਮੰਤਰੀ ਦੀ ਸ਼ਰਤ ਇਹ ਸੀ ਕਿ ਨਵੇਂ ਅਧਿਕਾਰੀ ਇਸ ਤਰੀਕੇ ਨਾਲ ਨਿਯੁਕਤ ਕੀਤੇ ਜਾਣ ਕਿ ਉਹ ਲਾਅ ਐਂਡ ਆਰਡਰ ਨੂੰ ਮਜ਼ਬੂਤੀ ਨਾਲ ਬਣਾ ਕੇ ਰੱਖ ਸਕਣ ਪਿਛਲੇ 2-3 ਦਿਨਾਂ ਤੋਂ ਡੀਜੀਪੀ ਗੌਰਵ ਯਾਦਵ ਨਵੇਂ ਪੁਲਿਸ ਅਧਿਕਾਰੀਆਂ ਦੀ ਟੀਮ ਬਣਾਉਣ ਵਿੱਚ ਲੱਗੇ ਹੋਏ ਸਨ ਗੌਰਵ ਯਾਦਵ ਵੱਲੋਂ ਡੀਜੀਪੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲਾ ਵੱਡੇ ਪੱਧਰ ਤੇ ਕੀਤਾ ਗਿਆ ਫੇਰ ਬਦਲ ਹੈ ਡੀਜੀਪੀ ਨੇ ਪੁਰਾਣੇ ਤਜਰਬੇ ਵਾਲੇ ਪੁਲਿਸ ਅਧਿਕਾਰੀਆਂ ਨੂੰ ਹੀ ਅਹਿਮ ਸਥਾਨਾਂ ਤੇ ਤਾਇਨਾਤ ਕਰਵਾਇਆ ਹੈ ਉਹਨਾਂ ਨੇ ਸਾਰੇ ਅਧਿਕਾਰੀਆਂ ਦੀ ਸੂਚੀ ਹੋਰ ਪੁਲਿਸ ਅਧਿਕਾਰੀਆਂ ਨਾਲ ਸਲਾਹ مشورہ ਕਰਨ ਤੋਂ ਬਾਅਦ ਤਿਆਰ ਕੀਤੀ ਹੈ ਜਿਸ ਤੇ ਮੁੱਖ ਮੰਤਰੀ ਨੇ ਮੋਹਰ ਲਾ ਦਿੱਤੀ ਹੈ ਇਹਨਾਂ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਹੋਰ ਸਿਆਸਤਦਾਨ ਦੀ ਦਖਲਅੰਦਾਜ਼ੀ ਨਹੀਂ ਵੇਖੀ ਗਈ ਸ਼ਨੀਵਾਰ ਨਿਯੁਕਤ ਕੀਤੇ ਗਏ ਅਧਿਕਾਰੀਆਂ ਵਿੱਚ ਜਸਕਰਨ ਸਿੰਘ ਦੀ ਅੰਮ੍ਰਿਤਸਰ ਵਿੱਚ ਤਾਇਨਾਤੀ ਅਹਿਮ ਹੈ ਜਸਕਰਨ ਸਿੰਘ ਪਹਿਲਾਂ ਵੀ ਕਈ ਅਹਿਮ ਅਹੁਦਿਆਂ ਤੇ ਰਹ ਚੁੱਕੇ ਨੇ ਇਸੇ ਤਰ੍ਹਾਂ ਗੁਰਿੰਦਰ ਸਿੰਘ ਟਿੱਲੋ ਨੂੰ ਆਈਜੀ ਲਾ ਐਂਡ ਆਰਡਰ ਤਾਇਨਾਤ ਕਰਕੇ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਬੀ ਚੰਦਰ ਸ਼ੇਖਰ ਨੂੰ ਜੇਲ੍ਹਾਂ ਦਾ ਏ ਡੀ ਜੀ ਪੀ ਨਿਯੁਕਤ ਕਰਕੇ ਸਰਕਾਰ ਨੇ ਜੇਲ੍ਹਾਂ ਅੰਦਰ ਨਸ਼ਿਆਂ ਤੇ پابੰਦੀ ਲਾਉਣ ਦੇ ਸੰਕੇਤ ਦਿੱਤੇ ਨੇ ਇਸੇ ਤਰ੍ਹਾਂ ਮਨਦੀਪ ਸਿੰਘ ਸਿੱਧੂ ਨੂੰ ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ ਜੋ ਪਹਿਲਾਂ ਕਈ ਜ਼ਿਲ੍ਹਿਆਂ ਵਿੱਚ ਐਸਐਸਪੀ ਰਹਿ ਚੁੱਕੇ ਨੇ ਖਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਨਵੇਂ ਪੁਲਿਸ ਅਧਿਕਾਰੀਆਂ ਵਿੱਚ ਵਿਵੇਕਸ਼ੀਲ ਸੋਨੀ, ਸੰਦੀਪ ਗਰਗ, ਗੁਰਮੀਤ ਸਿੰਘ ਚੋਹਾਨ ਤੇ ਉਪਿੰਦਰਜੀਤ ਸਿੰਘ ਘੁੰਮਣ ਨੂੰ ਪਹਿਲਾਂ ਐਸਐਸਪੀ ਵਜੋਂ ਕੰਮ ਕਰਨ ਦਾ ਤਜਰਬਾ ਹੈ ਨਵੇਂ ਪੁਲਿਸ ਅਧਿਕਾਰੀਆਂ ਨੂੰ ਸੋਮਵਾਰ ਨੂੰ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ ਸੈਂਟਰਲ ਜੇਲ੍ਹ ਦੀ ਬੈਰਕ ਵਿੱਚ ਹਵਾਲਾਤਿਆਂ ਵੱਲੋਂ ਕਿਸੇ ਗੱਲ ਨੂੰ ਲੈ ਕੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਸੱਤ ਹਵਾਲਾਤਿਆਂ ਤੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਦੀ ਸ਼ਿਕਾਇਤ ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ, ਵਿਜੇ ਕੁਮਾਰ, ਮੋਨੂ ਗੁਰਸੌਰ ਵਰਜੀਤ ਸਿੰਘ ਬੋਬੀ ਕੁਮਾਰ ਸੁਖਵੀਰ ਸਿੰਘ ਅਤੇ ਮਲਜੀਤ ਸਿੰਘ ਬੱਚੋ ਹੋਈ ਹੈ ਦੱਸ ਦਈਏ ਕਿ 7 ਨਵੰਬਰ ਨੂੰ ਰਾਤ ਨੂੰ 2:00 ਤਰਾਂ ਦਰਮਿਆਨ ਕਿਸੇ ਗੱਲ ਕਰਕੇ ਬਹਿਸਬਾਜ਼ੀ ਹੋਣ ਜਾਣ ਕਾਰਨ ਕੁੱਟਮਾਰ ਸ਼ੁਰੂ ਹੋ ਗਈ ਇਸ ਦੌਰਾਨ ਦੋਵਾਂ ਗਰੁੱਪਾਂ ਦੇ ਬੰਦੀ ਜ਼ਖਮੀ ਹੋ ਗਏ ਜੇਲ੍ਹ ਪ੍ਰਸ਼ਾਸਨ ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪੇਜਿਆ ਗਿਆ ਹੈ Hindu ਨੇਤਾ ਸੁਦੇਸ਼ ਸੂਰੀ ਕਤਲकांड ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸੁਰੱਖਿਆ ਚ ਤਾਇਨਾਤ ਪੁਲਿਸ ਮੁਲਜ਼ਮਾਂ 'ਤੇ ਅਵਰਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਸੂਰੀ ਕਤਲकांड ਦੀ ਜਾਂਚ ਕਰ ਰਹੀ ਸਿਟ ਨੇ ਵੀ ਕੁਝ ਅਜਿਹੇ ਤੱਥਾਂ ਦੀ ਜਾਂਚ ਕੀਤੀ ਜੋ ਮੌਕੇ 'ਤੇ ਖੜੇ ਸੁਰੱਖਿਆ ਮੁਲਾਜ਼ਮਾਂ ਅਤੇ ਪੁਲਿਸ ਅਧਿਕਾਰੀਆਂ ਦੀ ਲਾਪਰਵਾਹੀ ਵੱਲ ਸਿੱਧਾ ਇਸ਼ਾਰਾ ਕਰ ਰਹੇ ਨੇ ਬੇਸ਼ੱਕ ਇਸ ਕਤਲकांड ਦੇ ਮੁਲਜ਼ਮਾਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਪੀੜਤ ਪਰਿਵਾਰ ਕਤਲ ਤੋਂ ਬਾਅਦ ਹੀ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ ਜਾਂਚ ਦੌਰਾਨ ਸੀਆਈਟੀ ਨੂੰ ਕੁਝ ਗੈਰਹਾਜ਼ਰ ਸੁਰੱਖਿਆ ਕਰਮਚਾਰੀਆਂ ਬਾਰੇ ਵੀ ਜਾਣਕਾਰੀ ਮਿਲੀ ACP ਦੇ ਨਾਲ-ਨਾਲ ਦੋ ਥਾਣਾ ਇੰਚਾਰਜ ਵੀ ਮੌਕੇ ਤੇ ਮੌਜੂਦ ਸਨ ACP ਰੈਂਕ ਦੇ ਅਧਿਕਾਰੀ ਅਤੇ ਦੋ ਥਾਣਾ ਇੰਚਾਰਜਾਂ ਸਮੇਤ ਵੱਡੀ ਪੁਲਿਸ ਟੀਮ ਵੀ ਮੌਕੇ ਤੇ ਮੌਜੂਦ ਸੀ ਸਿਟ ਇਨਾਂ ਅਧਿਕਾਰੀਆਂ ਨੂੰ ਵੀ ਜਾਂਚ ਵਿੱਚ ਸ਼ਾਮਿਲ ਕਰਕੇ ਰਿਪੋਰਟ ਤਿਆਰ ਕਰਨ ਜਾ ਰਹੀ ਹੈ ਇਹ ਘਟਨਾ ਵੇਲੇ ਇਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਸੀ Hindu ਨੇਤਾ ਨੂੰ Y ਕੈਟਾਗਰੀ ਦੀ ਸੁਰੱਖਿਆ ਮਿਲੀ ਆਪਣੀ ਬਿਆਨਬਾਜ਼ੀ ਕਾਰਨ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ Hindu ਨੇਤਾ ਸੁਦੀਰ ਸੂਰੀ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਮਿਲੀ ਸੀ ਜਿਸ ਵਿੱਚ ਇੱਕ ਐਸਕਾਟ ਜਿਪਸੀ ਜਿਸ ਵਿੱਚ 18 ਪੁਲਿਸ ਮੁਲਾਜ਼ਮ ਅਤੇ ਦੋ ਸੁਰੱਖਿਆ ਇਨਚਾਰਜ ਸ਼ਾਮਿਲ ਸਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੁਰੱਖਿਆ ਵਿੱਚ ਤਾਇਨਾਤ ਇਹਨਾਂ ਸਾਰੇ ਪੁਲਿਸ ਮੁਲਾਜ਼ਮਾਂ ਦੇ ਬਿਆਨ ਦਰਜ ਕਰੇਗੀ ਅਤੇ ਉਨ੍ਹਾਂ ਤੋਂ ਘਟਨਾ ਸੰਬੰਧੀ ਬਰੀਕੀ ਨਾਲ ਪੁੱਛਗਿੱਛ ਕਰੇਗੀ ਜ਼ਿਕਰਯੋਗ ਹੈ ਹਿੰਦੂ ਨੇਤਾ ਸੁਦੀਰ ਸੂਰੀ ਦੀ 4 ਨਵੰਬਰ ਨੂੰ ਇੱਕ ਜਨਤਕ ਥਾਂ ਤੇ ਧਰਨੇ ਦੌਰਾਨ ਇੱਕ ਸਿੱਖ ਨੌਜਵਾਨ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਕਾਤਲ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਅਦਾਲਤ ਤੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਤੇ ਲੈ ਲਿਆ। ਇਸ ਕਤਲੇਆਮ ਤੋਂ ਬਾਅਦ ਪੁਲਿਸ ਕਮਿਸ਼ਨਰ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਸਤਿ ਲੋਜ ਯਮਨਾ ਲਿੰਕ ਤੇ ਪੰਜਾਬ ਦੀ ਨਾਂ ਤੋਂ ਬਾਅਦ ਹੁਣ ਹਰਿਆਣਾ ਨੂੰ ਉੱਤਰ ਪ੍ਰਦੇਸ਼ ਤੋਂ ਆਸ ਹੈ ਗੰਗਾ ਯਮਨਾ ਲਿੰਕ ਨਹਿਰ ਤੋਂ ਪਾਣੀ ਲਈ ਹਰਿਆਣਾ ਵੱਲੋਂ ਯੂਪੀ ਸੀਐਮ ਯੋਗੀ ਅਦਿੱਤਿਆਨਾਥ ਨੂੰ ਚਿੱਠੀ ਲਿਖੀ ਜਾਵੇਗੀ ਹਰਿਆਣਾ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਪਾਣੀ ਦੀ ਉਪਲਬਧਤਾ ਵਿੱਚ ਵਾਧੇ ਲਈ ਜੀਡਬਲਿਊਐਸ ਚੈਨਲ ਦੀ ਸਮਰੱਥਾ ਵਧਾਉਣ ਦੀ ਤਿਆਰੀ ਵਿੱਚ ਲੰਗਾ ਹੈ ਹਰਿਆਣਾ ਸਰਕਾਰ ਸਾਲ 2030 ਦੀ ਆਬਾਦੀ ਦੇ ਹਿਸਾਬ ਨਾਲ 1000 ਕਿਊਬਿਕ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੇ ਲੇਟ ਚੈਨਲ ਦੀ ਮੁਰੰਮਤ ਅਤੇ ਰੀਮੋਡਲਿੰਗ ਤੇ ਲਗਭਗ 1600 ਕਰੋੜ ਰੁਪਏ ਦੀ ਲਾਗਤ ਆਵੇਗੀ ਇਹ ਫੈਸਲਾ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਦਾਨਗੀ ਹੇਠ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੀ ਦੇਰ ਸ਼ਾਮ ਹੋਈ ਮੀਟਿੰਗ ਵਿੱਚ ਲਿਆ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਸਚਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਜਲਦੀ ਹੀ ਹਰਿਆਣਾ ਵਿੱਚ ਵੇਸਟ ਵਾਟਰ ਨੀਤੀ ਲਾਗੂ ਕੀਤੀ ਜਾਵੇਗੀ ਇਹ ਨੀਤੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਅਤੇ ਪ੍ਰਾਈਵੇਟ ਡਿਵੈਲਪਰਾਂ ਦੁਆਰਾ ਵਿਕਸਿਤ ਕਲੋਨੀਆ ਵਿੱਚ ਵੀ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇਗੀ। ਨੀਤੀ ਦੇ ਤਹਿਤ ਸਾਫ਼ ਪਾਣੀ ਲਈ ਡਬਲ ਪਾਈਪਲਾਈਨ, ਵੱਖਰੀ ਲਾਈਨ ਅਤੇ ਟ੍ਰੀਟ ਕੀਤੇ ਪਾਣੀ ਲਈ ਵੱਖਰੀ ਲਾਈਨ ਵਿਛਾਉਣ ਅਤੇ ਮਾਈਕਰੋ ਐਸਟੀਪੀ ਸਥਾਪਿਤ ਕਰਨ ਤੇ ਜ਼ੋਰ ਦਿੱਤਾ ਜਾਵੇਗਾ। ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੰਗਾ ਨਦੀ ਦੇ ਪਾਣੀ ਨੂੰ ਹਰਿਆਣਾ ਤੱਕ ਪਹੁੰਚਾਉਣ ਲਈ ਕਦਮ ਚੁੱਕੇ ਜਾਣ। ਇਸ ਦੇ ਲਈ ਗੰਗਾ ਜਮਨਾ ਲਿੰਕ ਜੀਵਾਈਐਲ ਨਹਿਰ ਬਣਾਉਣ ਲਈ ਜਲ ਕੇਂਦਰ ਅਤੇ ਯੂਪੀ ਸਰਕਾਰ ਨੂੰ ਪੱਤਰ ਲਿਖਿਆ ਜਾਣਾ ਚਾਹੀਦਾ ਹੈ ਇਸ ਲਿੰਕ ਨਹਿਰ ਦੇ ਬਣਨ ਨਾਲ ਹਰਿਆਣਾ ਨੂੰ ਪਾਣੀ ਦੀ ਬਾਧੂ ਉਪਲਬਧਤਾ ਯਕੀਨੀ ਹੋਵੇਗੀ ਫਰੀਦাবাদ ਦੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਰੇਨੀ ਵੈਲ ਪ੍ਰੋਜੈਕਟ ਤੋਂ ਵਾਟਰ ਹਾਰਵੈਸਟਿੰਗ ਤੇ ਜ਼ੋਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਯਮਨਾ ਵਿੱਚ ਭੂਮੀਗਤ ਵਹਾਅ ਦਾ ਅਧਿਐਨ ਕਰਨ ਲਈ ਮਹਾਰਾਣੀ ਕਮੇਟੀ ਵੀ ਬਣਾਈ ਜਾਵੇ ਇਸ ਦੇ ਨਾਲ ਹੀ ਇਹ ਵੀ ਮੁਲਾਂਕਣ ਕੀਤਾ ਜਾਵੇਗਾ ਕਿ ਦੱਖਣੀ ਹਰਿਆਣਾ ਵਿੱਚ ਕਿੰਨੇ ਪਾਣੀ ਦੀ ਲੋੜ ਹੈ ਅਤੇ ਇਸ ਸਮੇਂ ਕਿੰਨੀ ਸਪਲਾਈ ਹੋ ਰਹੀ ਹੈ ਪੰਜਾਬ ਅਤੇ ਹਰਿਆਣਾ ਵਿੱਚ ਖੇਤੀਬਾੜੀ ਇੱਕੋ ਜਿਹੀ ਹੈ 2 ਸਾਲ ਪਹਿਲਾਂ ਜਦੋਂ ਪੰਜਾਬ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਖਿਲਾਫ ਝੰਡਾ ਬੁਲੰਦ ਕੀਤਾ ਸੀ ਤਾਂ ਹਰਿਆਣਾ ਦੇ ਕਿਸਾਨਾਂ ਨੇ ਵੀ ਉਹਨਾਂ ਦਾ ਜ਼ੋਰਦਾਰ ਸਮਰਥਨ ਕੀਤਾ ਸੀ ਪਰ ਜਦੋਂ ਪਰਾਲੀ ਨਾ ਸਾੜਨ ਦੀ ਗੱਲ ਆਉਂਦੀ ਹੈ ਤਾਂ ਹਰਿਆਣਾ ਦੀ ਕਾਰਗੁਜ਼ਾਰੀ ਪੰਜਾਬ ਤੋਂ ਕਈ ਕਦਮ ਅੱਗੇ ਨਜ਼ਰ ਆਉਂਦੀ ਹੈ ਪਿਛਲੇ ਕਈ ਸਾਲਾਂ ਤੋਂ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਪੂਰੀ ਵਾਹ ਲਾ ਰਹੀਆਂ ਨੇ ਜਦੋਂ ਜ਼ਮੀਨੀ ਪੱਧਰ ਤੇ ਸਰਕਾਰ ਤੇ ਯਤਨਾਂ ਦੀ ਪਰਖ ਕੀਤੀ ਜਾਂਦੀ ਹੈ ਤਾਂ ਪੰਜਾਬ ਨਾਲੋਂ ਬਿਹਤਰ ਹਰਿਆਣਾ ਨਜ਼ਰ ਆਉਂਦਾ ਹੈ हरियाणा ਦੇ ਨਾਲ ਲੱਗਦੇ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਆਬੋ ਹਵਾ ਪਰਾਲੀ ਸਾੜਨ ਕਰਕੇ ਖਰਾਬ ਹੋ ਚੁੱਕੀ ਹੈ ਪਟਿਆਲਾ ਤੋਂ ਬਠਿੰਡਾ ਵੱਲ ਜਾਈਏ ਤਾਂ ਸੜਕ ਦੇ ਦੋਵੇਂ ਪਾਸੇ ਅੱਗ ਅਤੇ ਧੂੰਆਂ ਨਜ਼ਰ ਆਉਂਦਾ ਜਾਂ ਫਿਰ ਅੱਗ ਤੋਂ ਬਾਅਦ ਕਾਲੇ ਹੋਏ ਖੇਤ ਪਰਾਲੀ ਦੇ ਸੰਗਣੇ ਧੂੰਏ ਕਾਰਨ ਸੂਰਜ ਵੀ ਨਜ਼ਰ ਨਹੀਂ ਆਉਂਦਾ ਉੱਥੇ ਹੀ ਜੇਕਰ ਪੰਜਾਬ ਤੋਂ ਹਰਿਆਣਾ ਵੱਲ ਜਾਈਏ ਤਾਂ ਸਰਸਾ ਫਤਿਹਬਾਦ ਜੀਂਦ ਅਤੇ ਕੈਥਲ ਜ਼ਿਲ੍ਹਿਆਂ ਵਿੱਚ ਅਸਮਾਨ ਸਾਫ਼ ਨਜ਼ਰ ਆ ਰਿਹਾ ਹੈ ਹਾਂ ਪੰਜਾਬ ਤੋਂ ਆ ਰਹੇ ਤੋਂ ਇਹਦਾ ਅਸਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਪੰਜਾਬ ਨੂੰ ਦੇਸ਼ ਵਿੱਚ ਅਤੇ ਖਾਸ ਕਰਕੇ ਦਿੱਲੀ ਵਿੱਚ ਪਰਾਲੀ ਸਾੜਨ ਲਈ ਇੱਕ ਖਲਨਾਇਕ ਵਜੋਂ ਪੇਸ਼ ਕੀਤਾ ਜਾਂਦਾ ਹੈ ਇਸ ਕਾਰਨ ਪੰਜਾਬ ਦੇ ਕਿਸਾਨ ਦਾ ਅਕਸ ਵੀ ਵਿਗੜ ਰਿਹਾ ਹੈ ਦਿੱਲੀ ਵਿੱਚ ਪੀਐਮ 2.5 ਵਿੱਚ ਖੇਤ ਦੀ ਅੱਗ ਦਾ ਯੋਗਦਾਨ ਇਸ ਸਾਲ ਨਵੰਬਰ ਵਿੱਚ ਤਿਹਾਈ ਦਾ ਅੰਕੜਾ ਪਾਰ ਕਰ ਗਿਆ ਅਤੇ ਇਸ ਦਾ ਵੱਡਾ ਕਾਰਨ ਪੰਜਾਬ ਵਿੱਚ ਖੇਤਾਂ ਵਿੱਚ ਅੱਗ ਲੱਗਣ ਕਾਰਨ ਪੈਦਾ ਹੋਏ ਪ੍ਰਦੂਸ਼ਣ ਨੂੰ ਮੰਨਿਆ ਜਾ ਰਿਹਾ ਹੈ ਪੰਜਾਬ ਵਿੱਚ ਸਨੇਚਰਵਾਰ ਨੂੰ ਪਰਾਲੀ ਸਾੜਨ ਦੇ ਮਾਮਲੇ ਘਟਣ ਨਾਲ ਦਿੱਲੀ ਦੀ ਹਵਾ ਦੀ ਗੁਣਵਕਤਾ ਐਤਵਾਰ ਨੂੰ ਬਹੁਤ ਮਾੜੀ ਸ਼੍ਰੇਣੀ ਤੋਂ ਖਰਾਬ ਸ਼੍ਰੇਣੀ ਵਿੱਚ ਆ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਸਵੇਰੇ 9 ਵਜੇ 259 ਦਰਜ ਕੀਤਾ ਗਿਆ ਸੀ। ਭਾਰਤੀ ਖੇਤੀ ਖੋਜ ਸੰਸਥਾ ਦੇ ਆਂਕੜਿਆਂ ਅਨੁਸਾਰ ਪੰਜਾਬ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸ਼ੁੱਕਰਵਾਰ ਨੂੰ 3916 ਤੋਂ ਘਟ ਕੇ ਸਨੇਚਰਵਾਰ ਨੂੰ 2467 ਹੋ ਗਈਆਂ। ਸ਼ੁਕਰਮਾਨ ਨੂੰ ਪੰਜਾਬ ਵਿੱਚ ਰਿਕਾਰਡ ਪੱਧਰ ਤੇ ਭਰਾਲੀ ਸਾੜ ਗਈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਦਿੱਲੀ ਐਨਸੀਆਰ ਵਿੱਚ ਕਈ ਥਾਵਾਂ ਤੇ ਪੋਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ। ਇਹ ਝਟਕੇ ਕਰੀਬ 7:55 ਮਿੰਟ ਤੇ ਮਹਿਸੂਸ ਕੀਤੇ ਗਏ। ਦੱਸ ਦਈਏ ਕਿ ਇਸ ਪੋਚਾਲ ਦਾ ਕੇਂਦਰ ਨੇਪਾਲ ਸੀ ਜਿਸ ਦਾ ਅਸਰ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਵੀ ਨਜ਼ਰ ਆਇਆ। SDT ਵਰਤਾ ਰੈਕਟਰ ਸਕੇਲ ਤੇ 5.7 ਸੀ ਤੇ ਇਹ ਧਰਤੀ ਤੋਂ 10 ਕਿਲੋਮੀਟਰ ਹੇਠਾਂ ਸੀ ਜਿਸ ਕਰਕੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਪਰ ਨਾਲ ਲਗਦੀਆਂ ਥਾਵਾਂ ਤੇ ਇਹ ਝਟਕੇ ਮਹਿਸੂਸ ਕੀਤੇ ਗਏ ਪੰਜਾਬ ਵਿੱਚ ਫਰੀਦਕੋਟ ਲੁਧਿਆਣਾ ਫਾਜ਼ਿਲਕਾ ਅਮ੍ਰਿਤਸਰ ਖੰਨਾ ਅਹਿਮਦਗੜ ਰੋਪੜ ਜਲੰਧਰ ਦੁਆਬਾ ਦੇ ਹੋਰ ਵੀ ਕਈ ਇਲਾਕਿਆਂ ਵਿੱਚ ਇਹ ਝਟਕੇ ਮਹਿਸੂਸ ਕੀਤੇ ਗਏ ਜਦਕਿ ਦਿੱਲੀ ਵਿੱਚ ਇਹ ਝਟਕੇ ਕਾਫੀ ਤੇਜ਼ ਸਨ ਹਰਦਵਾਰ ਵਿੱਚ ਵੀ ਇਹ ਝਟਕੇ ਮਹਿਸੂਸ ਕੀਤੇ ਗਏ ਦਰ ਅਸਲ ਇਹ ਝਟਕੇ ਬਹੁਤ ਤੇਜ਼ ਨਹੀਂ ਸਨ ਜਿਸ ਕਰਕੇ ਸਾਰੇ ਲੋਕ ਇਹ ਝਟਕੇ ਮਹਿਸੂਸ ਨਹੀਂ ਕਰ ਸਕੇ ਕਈ ਲੋਕ ਆਪਣੇ ਕੰਮਾਂ ਵਿੱਚ ਬਿਜ਼ੀ ਹੋਣ ਕਰਕੇ ਇਸ ਨੂੰ ਬਹੁਤਾ ਮਹਿਸੂਸ ਨਹੀਂ ਕਰ ਸਕੇ ਜਦਕਿ ਬਹੁਤ ਸਾਰੇ ਲੋਕਾਂ ਨੂੰ ਪਚੌਲ ਆਉਣ ਦਾ ਪਤਾ ਲੱਗਾ हाल ही ਵਿੱਚ ਸਿੱਖ ਸੰਸਦਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਸਾਲਾਨਾ ਚੋਣ ਵਿੱਚ ਆਪਣੀ ਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰੋਧ ਚੋਣ ਮੈਦਾਨ ਵਿੱਚ ਡਟਦੇ ਆ। ਸ਼੍ਰੋਮਣੀ ਕਮੇਟੀ ਹਾਊਸ ਦੇ ਮੌਜੂਦਾ 157 ਮੈਂਬਰਾਂ ਵਿੱਚੋਂ 42 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਲਈ ਚਣੌਤੀ ਬਣਨ ਵਾਲੇ ਸ਼੍ਰੋਮਣੀ ਕਮੇਟੀ ਦੇ ਇੱਕੋ ਇੱਕ ਮਹਿਲਾ ਪ੍ਰਧਾਨ ਰਹੇ ਬੀਬੀ ਜਹੰਗੀਰ ਕੌਰ ਪਾਵੇਂ ਇਸ ਵਾਰ ਚੋਣ ਹਾਰ ਗਏ ਨੇ ਪਰ ਉਨ੍ਹਾਂ ਦੀ ਹਾਰ ਨੇ ਪੰਥਕ ਗਲਿਆਰੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਵੱਲੋਂ ਔਰਤਾਂ ਨੂੰ ਬਰਾਬਰ ਦਾ ਮਾਨ ਸਤਿਕਾਰ ਦਿੱਤੇ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵਿੱਚ ਸ਼ੁਰੂ ਤੋਂ ਹੀ ਮਰਦਾਂ ਦਾ ਹੀ ਬੋਲਬਾਲਾ ਰਿਹਾ ਤੇ ਔਰਤਾਂ ਨੂੰ ਕੇਵਲ ਮੈਂਬਰੀਆਂ ਤੇ ਵੋਟ ਦੇਣ ਦੇ ਅਧਿਕਾਰ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੈ ਬੀਬੀ ਜਾਗੀਰ ਕੌਰ ਪਮੇ ਸ਼ਰੋਮਣੀ ਕਮੇਟੀ ਦੀ ਪਹਿਲੀ ਮਹਿਲਾ ਪ੍ਰਦਾਨ ਹੋਣ ਦਾ ਚਾਰ ਵਾਰ ਮਾਨ ਪ੍ਰਾਪਤ ਕਰ ਚੁੱਕੇ ਨੇ ਪਰ ਸ਼ਰੋਮਣੀ ਕਮੇਟੀ ਦੇ ਬਾਕੀ ਅਹੁਦੇਦਾਰਾਂ ਵਿੱਚ ਸਿੱਖ ਬੀਬੀਆਂ ਨੂੰ ਯੋਗ ਨੁਮਾਇੰਦਗੀ ਕਦੇ ਵੀ ਨਹੀਂ ਦਿੱਤੀ ਸ਼੍ਰੋਮਣੀ ਕਮੇਟੀ ਮੌਜੂਦਾ ਹਾਊਸ ਦੀ ਗੱਲ ਕਰੀਏ ਤਾਂ 185 ਮੈਂਬਰੀ ਹਾਊਸ ਵਿੱਚ ਔਰਤਾਂ ਲਈ ਰਾਖਮੀਆ ਸੀਟਾਂ ਤੋਂ 31 ਬੀਬੀਆਂ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਚੋਣ ਲੜ ਕੇ ਹਾਊਸ ਵਿੱਚ ਆਪਣੇ ਹਲਕਿਆਂ ਦੀਆਂ ਬੀਬੀਆਂ ਦੀ ਪ੍ਰਤੀਨਿਧਤਾ ਕਰਦੀਆਂ ਨੇ ਤੇ ਇਹ ਕੇਵਲ 17% ਦੇ ਕਰੀਬ ਬਣਦੀ ਹੈ ਦੋ ਬੀਬੀਆਂ ਪਿਛਲੇ ਸਮੇਂ ਦੌਰਾਨ ਅਕਲ ਚਲਾਉਣਾ ਵੀ ਕਰ ਚੁੱਕੀਆਂ ਨੇ ਇਸ ਵਾਰ 9 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਅਹੁਦੇਦਾਰਾਂ ਦੀ ਚੋਣ ਦੌਰਾਨ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੇ ਨਾਲ-ਨਾਲ ਅਤਰੰਗ ਕਮੇਟੀ ਮੈਂਬਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸੇ ਵੀ ਔਰਤ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਦੋਂ ਕਿ ਪ੍ਰਧਾਨਗੀ ਆਉਂਦੇ ਲਈ ਮੁਕਤਕਕਰ ਦੇਣ ਵਾਲੇ ਬੀਬੀ ਜ਼ਾਗੀਰ ਕੌਰ 42 ਵੋਟਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਨੇ اجلاس ਦੇ ਖਤਮ ਹੁੰਦਿਆਂ ਹੀ ਹਾਕਮ ਤੇ ਨਾਲ ਸਬੰਧਤ ਕੁਝ ਔਰਤ ਮੈਂਬਰਾਂ ਵੱਲੋਂ ਹੀ ਇਸ ਵਾਰ ਦੀਆਂ ਅਹੁਦੇਦਾਰੀਆਂ ਵਿੱਚ ਇੱਕ ਵੀ ਬੀਬੀ ਨੂੰ ਪ੍ਰਤੀਨਿਧਤਾ ਨਾ ਦੇਣ ਲਈ ਕਰੜਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ आनंद फानन ਵਿੱਚ ਇੱਕ ਮਰਦ ਮੈਂਬਰ ਸਰਵੰਤ ਸਿੰਘ ਕੁਲਾਰ ਦਾ ਨਾਂ ਕੱਟ ਕੇ ਇੱਕ ਮਹਿਲਾ ਮੈਂਬਰ ਬੀਬੀ ਗੁਰਿੰਦਰ ਕੌਰ ਪੋਲੂਵਾਲ ਨੂੰ ਅਤਰੰਗ ਕਮੇਟੀ ਵਿੱਚ ਸ਼ਾਮਿਲ ਕਰਨਾ ਪਿਆ ਬੀਬੀ ਕਿਰਨਜੋਤ ਕੌਰ ਭਾਵੇਂ ਕਾਫੀ ਵਿਰੋਧ ਪੈਲੇ ਇਸ ਸੰਸਥਾ ਦੇ ਜਨਰਲ ਸਖਤਰ ਰਹਿ ਚੁੱਕੇ ਨੇ ਪਰ ਇਸ ਤੋਂ ਬਾਅਦ ਸੀਨੀਅਰ ਮੀਤ ਪਰਦਾਨ ਜੂਨੀਅਰ ਮੀਤ ਪਰਦਾਨ ਜਾਂ ਜਨਰਲ ਸਖਤਰ ਦੇ ਅਹਿਮ ਅਹੁਦਿਆਂ ਤੇ ਵੀ ਕਿਸੇ ਔਰਤ ਮੈਂਬਰ ਨੂੰ ਸੇਵਾ ਕਰਨ ਦਾ ਮਾਨ ਨਹੀਂ ਪਕਸ਼ਾ ਗਿਆ ਦਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਜਿਨ੍ਹਾਂ ਦੀ ਗਿਣਤੀ 8 ਦੇ ਕਰੀਬ ਹੁੰਦੀ ਹੈ ਉਹਨਾਂ ਵਿੱਚ ਵੀ ਇਸ ਵਾਰ ਕੋਈ ਵੀ ਬੀਬੀ ਸ਼ਾਮਿਲ ਨਹੀਂ ਹੈ ਗੁਰਦੁਆਰਾ ਐਕਟ ਅਨੁਸਾਰ 1966 ਦੀਆਂ ਚੋਣਾਂ ਦੌਰਾਨ ਸਿੱਖ ਔਰਤਾਂ ਵਾਸਤੇ 31 ਦੇ ਕਰੀਬ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਸਨ ਜੋ ਕਿ ਉਹਨਾਂ ਦੀ ਆਬਾਦੀ ਦੇ ਮੁਤਾਬਿਕ ਹੁਣ ਇਹ ਗਿਣਤੀ ਕਾਫੀ ਘਟ ਹੈ ਮੌਜੂਦਾ ਹਾਊਸ ਵਿੱਚ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ 28 ਹਰਿਆਣਾ ਤੋਂ 2 ਅਤੇ ਚੰਡੀਗੜ੍ਹ ਤੋਂ 1 ਔਰਤ ਮੈਂਬਰ ਚੋਣਾਂ ਵਿੱਚ ਜਿੱਤ ਕੇ ਆਈਆਂ ਹੋਈਆਂ ਨੇ जिला संगरूर तो सब तो वध चार मैंबर अमृतसर तो तीन गुरदासपुर जलंधर लुधियाना बठिंडा फिरोजपुर मोगा फरीदकोट पटियाला तो दो दो मुक्तसर साहब हुशियाारपुर रोपड़ जिलों तो एक, -एक मैंबर शामिल ने दूजे पास जिला फतेहगढ़ साहब अ शहीद भगत सिंह नगर तो कोई भी औरत मेंबर शामिल नहीं है ये सन अज दुख मुखर होर अपडेट्स के लिए वेखते रहो पंजाब मेल यू एस ए ਸਬਸਕ੍ਰਾਈਬ ਕਰੋ ਪੰਜਾਬ ਮੈਲ ਯੂ ਐਸ اے ਟੀਵੀ ਸਾਰ ਸਿਕਾ